ਮਾਸਟਰ ਕੈਡਰ ਜੁਨੀਅਨ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ 88893 ਭਰਤੀ ਨਾਲ ਸੰਬੰਧਿਤ ਇੱਕ ਬਹੁਤ ਵੱਡੀ ਅਪਡੇਟ এডਿਕੇਸ਼ਨ ਡਿਪਾਰਟਮੈਂਟ ਵੱਲੋਂ ਹੁਣੇ-ਹੁਣੇ ਆ ਰਹੀ ਹੈ ਇਹ ਬਹੁਤ ਹੀ ਨਿਰਾਸ਼ਾਜਨਕ ਅਪਡੇਟ ਆਪਾਂ ਕਹਿ ਸਕਦੇ ਹਾਂ ਜਿਹੜੇ ਸਟੂਡੈਂਟਾਂ ਦੇ ਥੋੜੇ-ਥੋੜੇ ਘੱਟ ਨੰਬਰ ਸੀਗੇ ਉਹਨਾਂ ਲਈ ਬਹੁਤ ਨਿਰਾਸ਼ਾਜਨਕ ਅਪਡੇਟ ਹੈ ਇਹ ਕਿਉਂਕਿ এডਿਕੇਸ਼ਨ ਡਿਪਾਰਟਮੈਂਟ ਵੱਲੋਂ ਜਿਹੜੀ ਮੈਰਿਟ ਹੈ ਉਹਨੂੰ ਹਾਈ ਕਰ ਦਿੱਤਾ ਗਿਆ ਹੈ ਇਸ ਨੋਟਿਸ ਨਾਲ ਪਹਿਲਾਂ ਜਿਹੜੀ ਘੱਟ ਨੰਬਰਾਂ ਵਾਲੇ ਸਟੂਡੈਂਟ ਸੈਕਰੀਟਰੀ ਨੇ ਲਈ ਬੁਲਾਈ ਗਈ ਸੀ ਤਾਂ ਅੱਜ ਸਵੇਰੇ ਡਿਪਾਰਟਮੈਂਟ ਵੱਲੋਂ ਇੱਕ ਨਵਾਂ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ ਵੱਧ ਨੰਬਰਾਂ ਵਾਲਿਆਂ ਨੂੰ ਬੁਲਾਇਆ ਗਿਆ ਹੁਣ ਘੱਟ ਨੰਬਰ ਵਾਲੇ ਸਟੂਡੈਂਟਾਂ ਜਿਹੜੇ ਸਕਰੂਟੀਨੀ ਨਹੀਂ ਕਰਾ ਸਕਣਗੇ ਵੀਡੀਓ 'ਚ ਤੁਹਾਨੂੰ ਇਹਦੇ ਬਾਰੇ ਕੱਲੀ-ਕੱਲੀ ਡਿਟੇਲ ਸਮਝਾਵਾਂਗੇ ਕਿ ਕਿਵੇਂ ਇਹ ਸਾਰੀ ਜਿਹੜਾ ਨੋਟਿਸ ਆ ਜਾਰੀ ਕੀਤਾ ਗਿਆ ਕੀ ਇਹਦੇ ਕਾਰਨ ਹੋਣਗੇ ਕਿ ਇਹਦੇ ਨਾਲ ਨੁਕਸਾਨ ਆ ਜਿਹੜਾ ਕਿੰਨੇ ਸਟੂਡੈਂਟਾਂ ਦਾ ਨੁਕਸਾਨ ਆ ਜਿਹੜਾ ਹੋ ਸਕਦਾ ਹੈ ਕਿਉਂਕਿ ਬਹੁਤ ਜ਼ਿਆਦਾ ਸਟੂਡੈਂਟ ਨੇ ਜਿਨ੍ਹਾਂ ਦਾ ਇਹਦੇ ਨਾਲ ਨੁਕਸਾਨ ਹੋ ਸਕਦਾ ਹੈ ਤੇ ਤੁਸੀਂ ਵੀਡੀਓ ਨੂੰ ਲਾਸਟ ਤੱਕ ਧਿਆਨ ਨਾਲ ਸੁਣਿਓ ਜੇਕਰ ਤੁਸੀਂ 5994 ਭਰਤੀ ਨਾਲ ਸੰਬੰਧਤ ਹੋ ਤੇ ਤੁਹਾਡੇ ਨੰਬਰ ਮੈਟ ਲਿਸਟਾਂ ਦੇ ਬਿਲਕੁਲ ਨੇੜੇ ਤੇੜੇ ਨੇ ਮੰਨ ਕੇ ਚਲੋ ਜੇਕਰ ਤੁਹਾਡੇ 100 ਦੇ ਨੇੜੇ ਤੇੜੇ ਨੰਬਰ ਆ ਜਾਂ 100 ਤੋਂ ਪਲੱਸ ਨੇ ਤਾਂ ਤੁਹਾਡੇ ਲਈ ਵੀਡੀਓ ਇਹ ਬਹੁਤ ਲਾਭਦਾਇਕ ਰਹੂਗੀ ਇਨਫੋਰਮੇਸ਼ਨ ਵਾਲੀ ਰਹੂਗੀ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਮਾਸਟਰ ਕੈਡਰ ਜੁਨੀਅਨ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਬਟਨ ਪ੍ਰੈਸ ਕਰ ਦਿਓ ਤਾਂ ਕਿ ਤੁਹਾਨੂੰ 88 5994 ਦੀ ਹਰ ਇੱਕ ਛੋਟੀ ਵੱਡੀ ਅਪਡੇਟ ਸਮ ਟਾਈਮ ਸਰ ਮਿਲਦੀ ਰਹੇ ਕਿਉਂਕਿ ਅਸੀਂ ਤੁਹਾਨੂੰ ਹਰ ਵੀਡੀਓ 'ਚ ਕਹਿੰਦੇ ਆ ਕਿ ਹੁਣ ਡਿ ਡੇਲੀ ਨਵੀ ਤੋਂ ਨਵੀ ਅਪਡੇਟ ਲੈ ਕੇ ਆਇਆ ਕਰੂਗਾ 88594 ਨਾਲ ਸੰਬੰਧਿਤ ਕਿਉਂਕਿ ਭਰਤੀ ਦਾ ਪ੍ਰੋਸੈਸ ਬਹੁਤ ਤੇਜ਼ੀ ਨਾਲ ਚੱਲ ਰਿਹਾ ਤੇ ਲਗਾਤਾਰ ਸਕਰੂਟੀ ਚੱਲ ਰਹੀ ਹੈ ਇਸ ਕਰਕੇ ਤੁਸੀਂ ਚੈਨਲ ਤੇ ਬਣੇ ਰਹੋ ਹਰ ਇੱਕ ਅਪਡੇਟ ਤੁਹਾਨੂੰ ਇੱਥੇ ਮਿਲਦੀ ਰਹੂਗੀ ਗੱਲਬਾਤ ਕਰਦੇ ਆਂ ਜਿਵੇਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਕਿ ਅੱਜ 17 7 2023 ਯਾਨੀ ਕਿ ਕੱਲ੍ਹ ਸ਼ਾਮੀ ਇਹ ਨੋਟੀਫਿਕੇਸ਼ਨ ਜਿਹੜਾ ਜਾਰੀ ਕੀਤਾ ਗਿਆ ਸਕਰੂਟੀ ਨਾਲ ਸੰਬੰਧਿਤ ਜਿਹਦੇ ਵਿੱਚ ਕਿ ਤੁਸੀਂ ਦੇਖੋ ਕਿ ਇਹਦੇ ਵਿੱਚ ਦੱਸਿਆ ਗਿਆ ਕਿ ਜਿਹੜਾ 13 ਤਰੀਕ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ ਉਹ ਉਸ ਨੋਟੀਫਿਕੇਸ਼ਨ ਨੂੰ ਰੱਦ ਕਰਦੇ ਹੋਏ ਇੱਕ ਨਵਾਂ ਨੋਟੀਫਿਕੇਸ਼ਨ ਆ ਜਿਹੜਾ ਉਹਦੀ ਲਗਰਤਾਂ ਦੇ ਤਹਿਤ ਜਾਰੀ ਕੀਤਾ ਗਿਆ ਹੈ ਜਿਦੇ ਵਿੱਚ ਕਿ ਹੁਣ ਸਕਰੂਟੀਨੀ ਦਾ ਸ਼ਡਿਊਲ ਹੈ ਜਿਹੜਾ ਉਹ ਓਪਨ ਦੇ ਜਿਹੜੇ ਸਟੂਡੈਂਟ ਨੇ ਉਹ 6 ਨੰਬਰ ਕਾਲਮ 7 ਨੰਬਰ ਕਾਲਮ ਤੱਕ ਓਪਨ ਦੇ ਰਹਿਣਗੇ ਜਿਹੜੇ ਕਿ 124 ਨੰਬਰਾਂ ਵਾਲੇ 1995 ਤੱਕ ਡੇਟ ਆਫ ਬਰਥ ਵਾਲੇ ਨੇ ਤਾਂ ਇਹਦੇ ਇਹ ਤੋਂ ਬਿਨਾਂ ਜਿਹੜਾ ਈਡਬਲਿਊਐਸ ਖਾਸ ਕਰਕੇ ਈਡਬਲਿਊਐਸ ਵਾਲੇ ਕੈਂਡੀਡੇਟਸ ਨੂੰ ਇਹਦਾ ਬਹੁਤ ਵੱਡਾ ਨੁਕਸਾਨ ਆਪਾਂ ਕਹਿ ਸਕਦੇ ਹਾਂ ਜਿਹੜੇ ای ڈبلیو ایس ਵਾਲੇ ਕੈਂਡੀਡੇਟ ਜਿਵੇਂ ਕਿਸੇ ਤੋਂ ਉਹ ਪੁਰਾਣਾ ਨੋਟੀਫਿਕੇਸ਼ਨ ਦਿਖਾਉਣੇ ਆ ਜਿਹੜਾ ਕਿ 13 ਤਰੀਕ ਨੂੰ ਜਾਰੀ ਕੀਤਾ ਗਿਆ ਸੀ ਆ ਦੇਖੋ 13 ਤਰੀਕ ਵਾਲੇ ਦੇ ਵਿੱਚ ਜਿਹੜਾ 7 ਨੰਬਰ ਕਾਲਮ ਪਹਿਲਾਂ ਦੀ ਤਰ੍ਹਾਂ ਓਪਨ ਦਾ 124 ਵਾਲੇ ਹੈਗੇ ਨੇ ਪਰ ਇਹਦੇ ਵਿੱਚ ਪਹਿਲਾਂ ای ڈبلیو ایس ਵਾਲੇ ਜਿਹੜਾ 8 ਨੰਬਰ ਕਾਲਮ 122 ਤੋਂ ਲੈ ਕੇ 100 ਨੰਬਰ ਤੱਕ ਵਾਲਿਆਂ ਨੂੰ ਬੁਲਾ ਲਿਆ ਸੀ ਸਕਰੂਟੀ ਲਈ ਤਾਂ 26 ਤਰੀਕ ਨੂੰ ਇਹਨਾਂ ਨੂੰ ਬੁਲਾਇਆ ਗਿਆ ਸੀ ਪਰ ਹੁਣ ਜੇਕਰ ਤੁਸੀਂ ਦੇਖੋਗੇ ਤਾਂ ਹੁਣ ਇਹਦੇ ਵਿੱਚ ਹੈਗਾ ਜਿਹੜਾ ای ڈبلیو ایس ਵਾਲੇ ਕੈਂਡੀਡੇਟਸ ਨੇ ਉਹਨਾਂ ਨੂੰ ਅ 8 ਨੰਬਰ ਕਾਲਮ ਤੇ 122 ਤੋਂ ਲੈ ਕੇ 120 ਨੰਬਰ ਵਾਲੇ 26 ਤਰੀਕ ਨੂੰ 9:30 ਵਜੇ ਤੇ 116 ਤੋਂ ਲੈ ਕੇ 118 ਤੋਂ ਲੈ ਕੇ 116 ਤੱਕ ਜਾਨੀ ਕਿ ਹੁਣ EWS ਦੀ ਮੈਰਿਟਾ ਜਿਹੜੀ ਉਹ 116 ਨੰਬਰ ਤੱਕ ਰਹਿ ਚੁੱਕੀ ਹੈ ਜਾਨੀ ਕਿ ਪਹਿਲੀ ਲਿਸਟ ਹੈ ਜਿਹੜੀ 116 ਨੰਬਰ ਤੱਕ ਵਾਲੇ ਬੁਲਾਏ ਜਾਣਗੇ 26 ਤਰੀਕ ਨੂੰ ਪਹਿਲਾਂ 100 ਨੰਬਰ ਵਾਲਿਆਂ ਤੱਕ ਦੀ ਸਕਰੂਟੀਨੀ ਹੋਣੀ ਸੀ ਪਰ ਹੁਣ ਇਹ ਸਕਰੂਟੀਨੀ ਸਿਰਫ 116 ਨੰਬਰ ਤੱਕ ਵਾਲੇ ਸਟੂਡੈਂਟਸ ਦੀ ਹੀ ਹੋਊਗੀ ਜਾਨੀ ਕਿ 102 4 6 8 10 12 ਇਹਨਾਂ ਦੀ ਸਕਰੂਟੀਨੀ ਹੈ ਜਿਹੜੀ ਉਹ ਨਹੀਂ ਹੋਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਡਿਪਾਰਟਮੈਂਟ ਤੱਕ ਇਹ ਖਬਰ ਪਹੁੰਚੂ ਕਿ ਕਿ ਪਹਿਲਾ ਕੀ ਕਾਰਨ ਸੀਗਾ ਕਿਉਂ ਇਹ ਕੀਤਾ ਗਿਆ ਤੇ ਹੁਣ ਕੀ ਕਰਨ ਹੋਇਆ ਤੇ ਇਸੇ ਤਰ੍ਹਾਂ ਬਾਕੀ ਜਿਹੜੀ categories ਨੇ ਉਹਦੇ ਵਿੱਚ BC ਦੀ 116 ਹੈਗੀ ਹੈ SCRO ਦੀ 114 SCMB ਦੀ 92 ਤਾਂ ਪਹਿਲਾਂ ਵਾਲੀਆਂ ਲਿਸਟਾਂ ਦੇ ਵਿੱਚ ਵੀ ਕੁਝ ਇਸੇ ਤਰ੍ਹਾਂ ਸੀ ਜਿਹੜਾ ਤਿੰਨ ਜਿਹੜਾ 13 ਤਰੀਕ ਨੂੰ ਸੀਗਾ ਤਾਂ ਉਹਦੇ ਵਿੱਚ BC ਦੀ 100 ਸੌਰੀ ਪਹਿਲਾਂ BC ਦੇ ਵਿੱਚ 116 ਵਾਲੇ SCRO 114 ਤੇ SCMB ਪਹਿਲਾਂ 98 ਤੱਕ ਅਲੇ ਬੁਲਾਏ ਗਏ ਸੀ ਤਾਂ ਹੁਣ SCMB ਵਾਲੇ ਨੇ ਜਿਹੜੇ ਉਹ 92 ਤੱਕ ਬੁਲਾਏ ਗਏ ਨੇ ਜਾਨੀ ਕਿ ਉਹਨਾਂ ਦੀ ਮੈਰਿਟ ਜਿਹੜੀ ਹੋਰ ਘਟ ਚੁੱਕੀ ਹੈ SCMB ਦੀ ਪਰ ਪਹਿਲਾਂ 98 ਤੱਕ ਸੀ ਹੁਣ 92 ਤੱਕ ਨੇ ਤੇ ਇਸੇ ਤਰ੍ਹਾਂ ਜੇਕਰ ਆਪਾਂ ਗੱਲ ਕਰੀਏ ਓਪਨ ਦੀ ਤਾਂ ਓਪਨ ਦੇ ਪਹਿਲਾਂ ਦੀ ਤਰ੍ਹਾਂ 124 ਨੰਬਰ ਵਾਲੀ ਸਟੂਡੈਂਟ ਹੀ ਬੁਲਾਏ ਗਏ ਨੇ ਤਾਂ ਇਹ ਉਹ ਅਪਡੇਟ ਸੀ ਜਿਹੜੀ ਤੁਹਾਡਾ ਅਸੀਂ ਸਾਂਝੀ ਕਰ ਰਹੇ ਹਾਂ ਮਿਤੀ 13 7 ਵਾਲੇ ਜਾਰੀ ਕੀਤੇ ਪਬਲਿਕ ਨੋਟਿਸ ਨੂੰ ਜਿਹੜਾ ਜਾਰੀ ਕੀਤਾ ਗਿਆ ਸੀ ਉਹਦੇ ਵਿੱਚ ਜਿਹੜੀ ਸੋਧ ਕਰ ਦਿੱਤੀ ਗਈ ਹੈ ਜਾਨਕਿ ਉਹਨੂੰ ਰੱਦ ਕਰਕੇ ਨਵਾਂ ਨੋਟੀਫਿਕੇਸ਼ਨ ਹੈ ਜਾਰੀ ਕੀਤਾ ਗਿਆ ਤੇ ਇਹ ਸੋਧਿਆ ਹੋਇਆ ਸਕਰੂਟਰੀ ਫਾਰਮ ਵੀ ਤੁਸੀਂ ਨਾਲ ਲੈ ਕੇ ਜਾਣਾ ਕਿਉਂਕਿ 13 ਤਰੀਕ ਨੂੰ ਜਿਹੜਾ ਜਾਰੀ ਕੀਤਾ ਗਿਆ ਹਦਾਇਤਾਂ ਸਾਰੀਆਂ ਉਹੀ ਰਹਿਣਗੀਆਂ ਪਰ ایਡਬਲਯੂਐਸ ਦੀ ਮੈਟਾ ਜਿਹੜੀ ਉਹ ਹਾਈ ਚਲੀ ਗਈ ਹੈ ਇਸ ਕਰਕੇ ਤੁਸੀਂ ਚੈਨਲ ਤੇ ਬਣੇ ਰਹੋ ਜਦੋਂ ਵੀ ਕੋਈ ਨਵੀਂ ਇਹਦੇ ਤੇ ਅਪਡੇਟ ਆਉਂਦੀ ਹੈ ਕਿ ਮੈਟ ਲੋ ਜਾਂਦੀ ਹੈ ਜਾਂ ਨਹੀਂ ਜਾਂਦੀ ਹੈ ਆਪਾਂ ਵੀਡੀਓ ਪਾ ਕੇ ਤੁਹਾਡੇ ਨਾਲ ਸਾਰੀ ਜਾਣਕਾਰੀ ਸਾਂਝੀ ਕਰਦੇ ਰਹਾਂਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਥੈਂਕ ਯੂ ਸੋ ਮਚ